ਹਿਮਾਚਲ ਪ੍ਰਦੇਸ਼ ਦੇ ਕੁੱਲੂ ਜ਼ਿਲ੍ਹੇ ਵਿੱਚ ਵੀਰਵਾਰ ਨੂੰ ਸ਼ਾਮ 5 ਵਜੇ ਦੇ ਕਰੀਬ ਬੱਸ ਹਾਦਸਾ ਹੋ ਗਿਆ। ਬੱਸ ਪੰਜਾਬ ਤੋਂ ਗਾੜਾ ਗੁਸ਼ੈਣੀ ਖੌਲੀ ਆ ਰਹੀ ਸੀ। ਇਸ ਦੌਰਾਨ ਰਸਤੇ ਵਿੱਚ ਬੱਸ ਬੇਕਾਬੂ ਹੋ ਕੇ ਕਰੀਬ 300 ਫੁੱਟ ਡੂੰਘੀ ਖਾਈ ਵਿੱਚ ਚੜ ਗਈ। ਇਸ ਹਾਦਸੇ ਵਿੱਚ 33 ਲੋਕਾਂ ਦੀ ਮੌਤ ਹੋ ਗਈ ਹੈ ਅਤੇ ਕਈ ਲੋਕ ਜ਼ਖਮੀ ਹੋ ਗਏ ਨੇ। ਇਮੀਡੀਏਟਲੀ ਜਿਤਨੀ ਵੀ ਐਂਬੂਲੈਂਸਿਸ ਉਸ ਏਰੀਆ ਕੀ ਹੈ ਸਭ ਕੋ ਜੋ ਹੈ ਵਹਾਂ ਸ਼ਿਫਟ ਕਰ ਦਿਆ ਥਾ। ਐਂਬੂਲੈਂਸਿਸ ਵਹਾਂ ਪਰ ਪਹੁੰਚ ਗਈ ਔਰ ਡਾਕਟਰਸ ਵੀ 6 ਡਾਕਟਰਸ ਜੋ ਹੈ ਮੌਕੇ ਪਰ ਹੀ ਹਮਨੇ ਪਹੁੰਚਾ ਦਿਏ ਥੇ। ਰੈਸਕਿਊ ਆਪਰੇਸ਼ਨ ਅਭੀ ਤੱਕ ਜਾਰੀ ਹੈ। ਸਰਕਾਰ ਕੀ ਓਰ ਸੇ ਜੋ ਬੈਸਟ ਪੋਸੀਬਲ ਜੋ ਮਦਦ ਰੈਸਕਿਊ ਕੇ ਲਿਏ ਕੀ ਜਾ ਸਕਤੀ ਥੀ ਵੋ ਕਰਨੇ ਕੀ ਕੋਸ਼ਿਸ਼ ਹੋਈ ਹੈ। ਘਟਨਾ ਕੀ ਜਾਂਚ ਕੇ ਆਦੇਸ਼ ਹਮਨੇ ਦੇ ਦੀਏ ਹੈ ਕਿ ਇਸਮੇ ਜੋ ਮੈਜਿਸਟਰੀਅਲ ਇਨਕੁਆਇਰੀ ਜੋ ਉਸਮੇ ਹੋਣੀ ਚਾਹੀਏ ਠੀਕ ਪ੍ਰਕਾਰ ਸੇ ਔਰ ਦੁਖਦ ਘਟਨਾ ਜੋ ਘਟਿਤ ਹੋਈ ਹੈ ਉਨਕੇ ਪਰਿਵਾਰਜਨੋ ਕੇ ਪ੍ਰਤੀ ਮੈਂ ਸੰਵੇਦਨਾ ਵਿਅਕਤ ਕਰਤਾ ਹੂੰ। ਬਿਊਰੋ ਰਿਪੋਰਟ, ਆਵਾਜ਼ੇ ਕੌਮ ਟੀਵੀ।